करवट दी
سنو ري لو
ਅੱਜ ਮਥੁਰਾ ਜੀ ਕਹਿੰਦੇ ਆ ਦੁਨੀਆ ਵਾਲਿਓ ਸੁਣ ਲਓ ਕੰਨ ਖੋਲ ਕੇ ਪਿਆਰ ਨਾਲ ਵਾਹਿਗੁਰੂ ਭਗਵਾਨ ਪਰਮੇਸ਼ਰ ਦੇ ਵਿੱਚ ਔਰ ਮੇਰੇ ਗੁਰੂ ਅਰਜਨ ਦੇਵ ਦੇ ਵਿੱਚ ਇੱਕ ਰੰਚਕ ਮਾਤਰ ਵੀ ਭੇਦ ਨਹੀਂ ਹੈ, ਇੱਕ ਹੀ ਰੂਪ ਹੈ। ਜਿੰਨੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਧਿਆਨ ਕਰ ਲਿਆ ਸਮਝੋ ਉਹਨੇ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਕਰ ਲਿਆ, ਕਿਉਂਕਿ ਗੁਰ ਅਰਜਨ ਪ੍ਰਤੱਖ ਦੂਸਰਾ ਜਪਿਓ ਜਿਨ ਅਰਜਨ ਦੇਵ ਗੁਰੂ। ਜਿਹੜਾ ਜਿਹੜਾ ਵੀ ਮੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਜਪੇਗਾ, ਧਿਆਨ ਧਰੇਗਾ, ਉਹਨਾਂ ਦੀ ਓਟ ਤੱਕੇਗਾ, ਉਹਨਾਂ ਦੀ ਬਾਣੀ ਪੜ੍ਹੇਗਾ, ਪਹਿਲੀ ਗੱਲ ਉਹਦੇ ਜੀਵਨ 'ਚ ਕੋਈ ਸੰਕਟ ਆਏ ਗਏ ਫਿਰ ਸੰਕਟ ਜੂਨ ਗਰਭ। ਜੇ ਆਇਆ ਵੀ ਸੰਕਟ ਕੋਈ ਮੁਸੀਬਤ ਐ ਨਿਕਲ ਜਾਵੇ ਕਿ ਜਿਵੇਂ ਹਵਾ ਛੂ ਕੇ ਨਿਕਲ ਜਾਂਦੀ, ਜੋ ਕਿ ਅੰਨ ਕਾ ਦੁੱਖ ਦੇਵੇ ਅਵਰਾ ਕਉ ਪਹੁੰਚਣ ਸਾਖੈ, ਜਿਹੜੀ ਉਹਦੀ ਜੰਗ ਉਹਦੀ ਪਿਆਰੀ। ਤੇ ਦੂਜੀ ਗੱਲ ਫਿਰ ਸੰਕਟ ਜੋਨ ਗਰਭ ਨਾ ਆਇਓ, ਮਹਾਰਾਜ ਕਹਿੰਦੇ ਉਹਦੀ ਚੁਰਾਸੀ ਕੱਟੀ ਜਾਵੇਗੀ, ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਏਗਾ, ਉਹਨੂੰ ਜਨਮ ਮਰਨ ਦਾ ਦੁੱਖ ਨਹੀਂ ਭੋਗਣਾ ਪਵੇਗਾ, ਜਿਹੜਾ ਮੇਰੇ ਗੁਰੂ ਅਰਜਨ ਦੇਵ ਸਾਹਿਬ ਦਾ ਧਿਆਨ ਧਰੇਗਾ। ਗੱਜ ਕੇ ਆਪੋ ਸਤਨਾਮ ਵਾਹਿਗੁਰੂ। ਐਸੇ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ, ਸਰੋਵਰ ਦੀ ਸੇਵਾ ਚੱਲ ਰਹੀ ਹੈ, ਕਿਉਂਕਿ ਸਰੋਵਰ ਕੱਚਾ ਖੁਦਵਾਇਆ ਮੇਰੇ ਗੁਰੂ ਰਾਮਦਾਸ ਮਹਾਰਾਜ ਨੇ, ਪਰ ਪੱਕਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਵਾਇਆ। ਫਿਰ ਉਸ ਸਰੋਵਰ ਦੇ ਵਿੱਚ ਸੱਚਖੰਡ ਦਰਬਾਰ ਸਾਹਿਬ ਦੀ ਸੇਵਾ ਸਾਈ ਮੀਆਂ ਮੀਰ ਜੀ ਦੇ ਹੱਥੋਂ ਨੀਂਹ ਪੱਥਰ ਰੱਖਵਾਏ। ਇੱਕ ਮੈਂ ਬੇਨਤੀ ਕਰਾਂ, ਸੇਵਾ ਕਰਨੀ ਕਿਸੇ ਹੱਦ ਤੱਕ ਆਸਾਨ ਬੰਦਾ ਮਨ ਮਾਰ ਕੇ ਕਰ ਲੈਂਦੇ, ਸੇਵਾ ਕਰਵਾਉਣੀ ਇਹ ਬਹੁਤ ਮੁਸ਼ਕਲ ਹੈ। ਕਿਉਂ? ਕੋਈ ਇੱਧਰ ਖਿੱਚਦਾ, ਕੋਈ ਇੱਧਰ ਖਿੱਚਦਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਜਿੰਨੇ ਮੂੰਹ ਆਉਂਦੀਆਂ। ਆਪ ਸੇਵਾ ਕਰਨੀ ਆਸਾਨ, ਤੁਸੀਂ ਟੋਕਰੀ ਚੱਕੋ, ਇੱਟਾਂ ਚੱਕੋ, ਪੈਸੇ ਦੇ ਦਿਓ, ਪਰਚੀ ਕਟਾ ਦਿਓ, ਉਹ ਆਸਾਨ ਹੈ। ਅੱਗੇ ਹੋ ਕੇ ਸੇਵਾ ਕਰਵਾਉਣੀ ਇਹ ਬਹੁਤ ਮੁਸ਼ਕਲ ਹੈ। ਤੁਸੀਂ ਪੁੱਛੋ ਕਿਉਂ? ਸਾਰਿਆਂ ਨੂੰ ਲੈ ਕੇ ਤੁਰਨਾ ਬਹੁਤ ਮੁਸ਼ਕਲ ਹੈ, ਔਰ ਅੱਜ ਦੇ ਸਮੇਂ 'ਚ ਤਾਂ ਜਮ੍ਹਾਂ ਹੀ ਔਖੀ। ਅੱਜ ਦੇ ਸਮੇਂ 'ਚ ਤਾਂ ਪਰਿਵਾਰ ਦੇ ਪੰਜ ਮੈਂਬਰ ਹੁਣ ਉਹ ਨਹੀਂ ਨਾਲ ਤੁਰਦੇ, ਮੈਂਬਰਾਂ ਨੂੰ ਛੱਡੋ, ਬੱਚੇ ਨਹੀਂ ਮੰਨਦੇ। ਪਰ ਇਹ ਗੁਰੂ ਸਾਹਿਬ ਦੀ ਕਿਰਪਾ ਹੈ, 11 ਸੈਕਟਰ ਦੇ ਉੱਪਰ ਮੇਰੇ ਵੀਰ ਗੁਰੂ ਸ਼ਰਨ ਸਿੰਘ ਜੀ, ਉਹਨਾਂ ਦੇ ਨਾਲ ਸਾਰੇ ਪ੍ਰਬੰਧਕ ਵੀਰ ਪੜ੍ਹੇ ਲਿਖੇ ਸੁਲਝੇ ਸਿਆਣੇ, ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਦੀ ਕਿਰਪਾ ਹੈ, ਵੀ ਅੱਗੇ ਹੋ ਕੇ ਆਪ ਸੇਵਾ ਕਰ ਵੀ ਰਹੇ ਨੇ, ਔਰ ਨਿਮਰਤਾ ਦੇ ਨਾਲ ਸੰਗਤਾਂ ਦੇ ਕੋਲੋਂ ਸੇਵਾ ਕਰਵਾ ਵੀ ਰਹੇ ਨੇ। ਗੱਜ ਕੇ ਆਪੋ ਸਤਨਾਮ। ਜਦੋਂ ਪਿਛਲੇ ਸਾਲ ਮੈਂ ਆਇਆ ਸੀ ਨਾ, ਉਹਦੇ ਨਾਲ ਉਹਦੇ ਬਹੁਤ ਜ਼ਿਆਦਾ ਕਿਰਪਾ ਹੋਈ ਹੈ, ਬਾਕੀ ਕਾਰਜ ਬਹੁਤ ਵੱਡੇ ਨੇ ਪਿਆਰ ਦਿਓ, ਤੇ ਸੰਗਤਾਂ ਵੀ ਧੰਨ ਨੇ ਇਸ 10-11 ਸੈਕਟਰ ਦੀਆਂ, ਜਿਹੜੀਆਂ ਤਨ ਮਨ ਧੰਨ ਕਰਕੇ ਹਰ ਪ੍ਰਕਾਰ ਦਾ ਸਹਿਯੋਗ ਦੇ ਰਹੀ। ਵੇਖੋ ਸੰਗਤ ਜੀ, ਸਹਿਯੋਗ ਬੜੀ ਵੱਡੀ ਗੱਲ ਹੁੰਦੀ, ਗੱਲ ਮਾਇਆ ਦੀ ਨਹੀਂ ਹੁੰਦੀ। ਕੌਣ ਲੱਖ ਰੁਪਇਆ ਦੇ ਰਿਹਾ, ਕੋਈ 2 ਲੱਖ ਦੇ ਰਿਹਾ, ਕੋਈ ਦੇ ਰਿਹਾ, ਉਹਦੇ ਆਪਣੀ ਆਪਣੀ ਪਹੁੰਚ ਹੈ, ਉਹ ਤੇ ਆਪਣੀ ਆਪਣੀ ਸ਼ਰਧਾ ਹੈ। ਵੱਡੀ ਗੱਲ ਹੁੰਦੀ ਹੈ ਸੰਗਤ ਜੀ, ਜਦੋਂ ਕਿਤੇ ਕੋਈ ਕਾਰਜ ਹੋਵੇ ਗੁਰੂ ਘਰ ਦਾ ਤੇ ਸੰਗਤਾਂ ਦਾ ਸਹਿਯੋਗ ਮਿਲੇ, ਸਹਿਯੋਗ ਹੀ ਬੜਾ ਵੱਡਾ ਹੁੰਦਾ। ਜਦੋਂ ਨਾ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਸੇਵਾ ਕਰਵਾ ਰਹੇ ਨੇ, ਲੰਗਰ ਚੱਲਦੇ ਨੇ, ਉਸ ਸਮੇਂ ਦਿੱਲੀ ਤੇ ਲਾਹੌਰ ਦਾ ਮੇਨ ਰਾਹ ਉਹੀ ਸੀ ਹਰੀ ਕੇ ਪਤਨ। ਅਕਬਰ ਬਾਦਸ਼ਾਹ ਆਇਆ, ਮਹਿਮਾ ਸੁਣ ਕੇ ਮੇਰੇ ਮਹਾਰਾਜ ਦੇ ਦਰਬਾਰ ਦੇ ਲੰਗਰ ਛਕਿਆ, ਦਰਸ਼ਨ ਕੀਤੇ, ਦੀਵਾਨ ਸੁਣਿਆ। ਅਕਬਰ ਬੜਾ ਖੁਸ਼ ਹੋਇਆ, ਕਹਿਣ ਲੱਗਾ
ਤੁਹਾਡੇ ਦਰਬਾਰ 'ਚ ਬੜੀਆਂ ਸੰਗਤਾਂ ਆਉਂਦੀਆਂ ਨੇ ਬੜੇ ਲੰਗਰ ਚੱਲਦੇ ਨੇ ਤੁਹਾਡੇ ਬੜੇ ਖਰਚੇ ਨੇ ਮੇਰਾ ਮਨ ਕਰਦਾ ਵੀ ਮੈਂ ਗੋਇੰਦਵਾਲ ਲੰਗਰ ਦੇ ਨਾਮ ਕੋਈ ਜਗੀਰ ਲਾ ਦਿਆਂ ਤੁਸੀਂ ਦੱਸੋ ਕਿੰਨੀ ਜਗੀਰ ਚਾਹੀਦੀ ਹੈ ਤੁਹਾਨੂੰ ਤੇ ਮੇਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਬਾਦਸ਼ਾਹ ਗੁਰੂ ਘਰ ਕਿਸੇ ਦਾ ਮੁਹਤਾਜ ਨਹੀਂ ਇਹ ਕੋਈ ਰਾਜੇ ਮਹਾਰਾਜਿਆਂ ਦੀਆਂ ਜਗੀਰਾਂ ਦੇ ਨਾਲ ਲੰਗਰ ਨਹੀਂ ਚੱਲਦੇ ਗੁਰੂ ਘਰ ਦੇ ਕਾਰਜ ਜਿਹੜੇ ਆ ਨਾ ਆਹ ਜਿਹੜੀਆਂ ਰੱਬ ਰੂਪ ਸੰਗਤਾਂ ਬੈਠੀਆਂ ਨੇ ਇਹਨਾਂ ਦੀ ਦਸਵੰਧ ਦੀ ਦਿੱਤੀ ਤਿਲ ਫੁੱਲ ਭੇਟਾ ਉਹਦੇ ਵਿੱਚ ਹੀ ਬਰਕਤਾਂ ਨੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਏਡਾ ਮਾਣ ਮਾਰੇ ਜਿੱਥੇ ਸੰਗਤਾਂ ਜਿੱਥੇ ਸੰਗਤ ਖੜ ਜਾਵੇ ਸੰਗਤ ਜੀ ਸੰਗਤ ਕਾਮ ਧੀ ਨੇ ਮਹਾਰਾਜ ਨੇ ਬਚਨ ਕੀਤਾ ਮੈਂ ਵੀਹ ਵਿਸਵੇ ਤੇ ਸੰਗਤ ਮੇਰੀ ਇੱਕੀ ਵਿਸਵੇ ਆਪਣੇ ਨਾਲ ਉੱਚਾ ਦਰਜਾ ਦਿੱਤਾ ਸੰਗਤ ਜਿੱਥੇ ਸਾਧ ਸੰਗਤ ਖੜ ਜਾਵੇ ਨਾਮ ਨਦੀਆਂ 18 ਸਿੱਧੀਆਂ ਚਰਨਾਂ 'ਚ ਆ ਕੇ ਝੁਕ ਜਾਂਦੀਆਂ ਨੇ ਹੱਥ ਜੋੜ ਕੇ ਦੱਸੋ ਮਹਾਰਾਜ ਸਾਨੂੰ ਕਿਹੜੀ ਸੇਵਾ ਲਾ ਰਹੇ ਕਈ ਵਾਰ ਮਨ ਵਿੱਚ ਹੁੰਦਾ ਹੈ ਨਾ ਕਿਸੇ ਦੇ ਮੈਂ ਬੜਾ ਮੈਂ ਬੜਾ ਮੈਂ ਬੜਾ ਮੈਂ ਬੜਾ ਗੁਰੂ ਘਰ ਕੋਈ ਨਹੀਂ ਹੈ ਤੇ ਮਹਾਰਾਜ ਦੀ ਅਜ਼ਮਤ ਹੈ ਗਿਆਨੀ ਮਿੰਦਰਪਾਲ ਜੀ ਪੰਥ ਦੇ ਮਹਾਨ ਵਿਦਵਾਨ ਬਚਨ ਕਰਦੇ ਮਹਾਰਾਜ ਦੀ ਚੋਜ ਨੇ ਮਹਾਰਾਜ ਦਾ ਕੀ ਪਤਾ ਹੁੰਦਾ ਕਿਹਦੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਕੀ ਸੇਵਾ ਕਰਵਾ ਜਾਣੀ ਗੱਜਿਆ ਕੋ ਸਤਨਾਮ ਵਾਹਿਗੁਰੂ ਕੀ ਪਤਾ ਕਿਹਦੇ ਸਿਰ ਤੇ ਕੀ ਕਿਰਪਾ ਕਰਦੇ ਨੇ ਮਹਾਰਾਜ ਨੂੰ ਪਤਾ ਲੱਗਦਾ ਉਹਨਾਂ ਵਾਸਤੇ ਕੋਈ ਵੱਡੀ ਕੋਈ ਛੋਟੀ ਗੱਲ ਕੋਈ ਵੱਡੀ ਗੱਲ ਥੋੜ੍ਹੀ ਉਹਨਾਂ ਵਾਸਤੇ ਕੁਛ ਵੀ ਕਰ ਸਕਦੇ ਨੇ ਸਮਰੱਥ ਗੁਰੂ ਸਿਰ ਜਦੋਂ ਮਾਰਗ ਹੱਥ ਕਰਦੇ ਪਏ ਕਲਾ ਵਰਤਦੀਆਂ ਨੇ ਦੁਨੀਆਂ ਦੇਖਦੀ ਰਹਿ ਜਾਂਦੀ ਵਰਤ ਰਹੀ ਹੈ ਕਲਾ ਤੁਸੀਂ ਦੇਖੋ ਨਾ ਇਸ ਸਥਾਨ ਤੇ ਦਾਸ ਤੋਂ ਪਹਿਲਾਂ ਗੁਰੂ ਘਰ ਦੇ ਸੰਗਤਾਂ ਮੇਰੀਆਂ ਮਾਵਾਂ ਭੈਣਾਂ ਮੇਰੇ ਕਿੰਨੇ ਪਿਆਰ ਨਾਲ ਭੱਜ ਕੇ ਕੀਰਤਨ ਕਰਦੇ ਸਨ ਇਹਨੂੰ ਕਹਿੰਦੇ ਆ ਭਾਵਨਾ ਇਹਨੂੰ ਕਹਿੰਦੇ ਆ ਲਗਨ ਇਹਨੂੰ ਕਹਿੰਦੇ ਆ ਪ੍ਰੇਮ ਸੰਗਤ ਜੀ ਮਹਾਰਾਜ ਭਾਗ ਲਾ ਰਹੇ ਨੇ ਅੰਮ੍ਰਿਤਸਰ ਸਾਹਿਬ ਤੇ ਬੜੇ ਚੜ੍ਹਦੀ ਕਲਾ ਵਾਲੇ ਸਿੱਖ ਨੇ ਇੱਕ ਸਿੱਖ ਜਿਹਦਾ ਨਾਮ ਹੈ ਭਾਈ ਪੁਰਾਣਾ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਜੰਗਲ ਵਿੱਚ ਜਾਣਾ ਲੱਕੜੀਆਂ ਕੱਟ ਕੇ ਲਿਆਉਣੀਆਂ ਜਲ ਲੈ ਕੇ ਆਉਣਾ ਖੂਹ ਤੋਂ ਭਰ ਕੇ ਲੰਗਰ ਤਿਆਰ ਕਰਨਾ ਲੰਗਰ ਵਰਤਾਉਣਾ ਬਰਤਨਾਂ ਦੀ ਸੇਵਾ ਝਾੜੂ ਦੀ ਸੇਵਾ ਜਿੰਨਾ ਟਾਈਮ ਮਿਲਣਾ ਸੰਗਤ ਵਿੱਚ ਬਹਿ ਕੇ ਭਾਈ ਪੁਰਾਣਾ ਨੇ ਕੀਰਤਨ ਸੁਣਨਾ ਕੀਰਤਨ ਕਰਨਾ ਵੀ ਇੱਕ ਸੇਵਾ ਹੈ ਕੀਰਤਨ ਸੁਣਨਾ ਇਹ ਵੀ ਇੱਕ ਸੇਵਾ ਹੈ ਕਰਨਾ ਵੀ ਔਖਾ ਹੈ ਤੇ ਦੂਸਰੇ ਨੂੰ ਬਹਿ ਕੇ ਸੁਣਨਾ ਇਹ ਉਸ ਤੋਂ ਵੀ ਔਖਾ ਅੱਜ ਜੰਗਲ ਵਿੱਚ ਗਏ ਲੱਕੜਾਂ ਵੱਢਣੀਆਂ ਭਾਈ ਪੁਰਾਣਾ ਵਾਪਸ ਆਉਣ ਲੱਗੇ ਸੋਚਿਆ ਮੈਂ ਥੋੜ੍ਹਾ ਸਮਾਂ ਸਿਮਰਨ ਹੀ ਕਰ ਲਈਏ ਅੱਜ ਸਵੇਰ ਦਾ ਸਿਮਰਨ ਨਹੀਂ ਹੋਇਆ ਦਾਸ ਬੇਨਤੀ ਕਰਦਾ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਵੇ ਕਿ ਅੱਜ ਮੇਰਾ ਨਿਤਨੇਮ ਅੱਜ ਮੈਂ ਗੁਰਦੁਆਰੇ ਅੱਜ ਮੈਂ ਅੰਮ੍ਰਿਤ ਵੇਲੇ ਕਰਮਾਂ ਵਾਲਾ ਹੁੰਦਾ ਜਿਹਨੂੰ ਇਹ ਘਾਟ ਮਹਿਸੂਸ ਹੋਵੇ ਘਾਟ ਘਾਟ ਜਿਵੇਂ ਪ੍ਰਸ਼ਾਦਾ ਲਾ ਨਾ ਇੱਕ ਟਾਈਮ ਵਾਲੇ ਤੇ ਆ ਖੋਜ ਹੀ ਪਈ ਜਾਂਦੀ ਹੈ ਖੋਜ ਆਈ ਪ੍ਰਸ਼ਾਦਾ ਹੀ ਨਹੀਂ ਪੈਂਦਾ ਪ੍ਰਸ਼ਾਦੇ ਨੂੰ ਪੈਂਦਾ ਐ ਖੋ ਭਵੇ ਜਿਸ ਦਿਨ ਨਿਤਨੇਮ ਨਾ ਹੋਵੇ ਸਿਮਰਨ ਨਾ ਹੋਵੇ ਜਿਸ ਦਿਨ ਅੰਮ੍ਰਿਤ ਵੇਲੇ ਨਾ ਉੱਠਿਆ ਜਾਵੇ ਅੰਦਰ ਖੋ ਪੈਣੀ ਚਾਹੀਦੀ ਹੈ ਵੀ ਅੱਜ ਮੇਰਾ ਪਤਾ ਨਹੀਂ ਕੀ ਗੁਆਚ ਗਿਆ ਪਿਆਰ ਹੈ ਜਿੰਨਾ ਕੋਈ ਮਹਾਰਾਜ ਨਾਲ ਪਾ ਲਵੇ ਇੱਥੇ ਤੇ ਹੈ ਹੀ ਪਿਆਰ ਦੇ ਸੌਦੇ ਨੇ ਸੰਗਤ ਜੀ ਮੇਰੇ ਬਾਜਾਂ ਵਾਲੇ ਭਾਈ ਬਚਨ ਕਰਦੇ ਸਾਚ ਕਹੋ ਸਾਰੇ ਸੁਣੋ ਭਾਈ ਭਾਈ ਇਕੱਠੇ ਹੋ ਕੇ ਪਿਆਰ ਨਾਲ ਮੈਂ ਸੱਚੀ ਗੱਲ ਦੱਸਣ ਲੱਗਾ ਇੱਕ ਤੁਹਾਨੂੰ ਨੋਟ ਕਰ ਲਿਓ ਪਾਤਸ਼ਾਹ ਜੀ ਕੀ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਅੱਜ ਤੱਕ ਉਹਨਾਂ ਨੇ ਪ੍ਰਾਪਤੀ ਕੀਤੀ ਜਿਹਨਾਂ ਨੇ ਪ੍ਰੇਮ ਕੀਤਾ ਅੱਗੇ ਵੀ ਉਹਨਾਂ ਨੂੰ ਪ੍ਰਾਪਤੀ ਹੋਵੇਗੀ ਜਿਹੜੇ ਮਾਲਕ ਨਾਲ ਪਿਆਰ
ਪਿਆਰ ਜਿੰਨਾ ਪਾਲੋ ਤੁਹਾਡੇ ਹੱਥ ਜਿੰਨਾ ਪਾਲੋ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਪਿਆਰ ਨਾਲ ਕੋਈ ਗੁਰੂ ਦਾ ਪਿਆਰਾ ਇੱਕ ਕਦਮ ਵੀ ਚੱਲੇ ਨਾ ਤੇ ਪਾਤਸ਼ਾਹ ਉਸ ਪਿਆਰ ਨੂੰ ਕਿਵੇਂ ਕਿਵੇਂ ਕਿਰਪਾ ਕਰਦੇ ਨੇ ਸਤਿਗੁਰ ਕੋਟ ਪੈਂਡਾ ਆਕੇ ਹੋਏ ਜੀ ਮਾਰਾ ਕਰੋੜਾ ਕਦਮ ਲੈਣ ਵਾਸਤੇ ਤੁਰ ਪੈਂਦੇ ਨੇ ਆਪਣੇ ਪਿਆਰੇ ਇਹ ਹੈ ਪਿਆਰ ਦੁਨਿਆਵੀ ਤੌਰ ਤੇ ਵੀ ਤੇ ਪਿਆਰ ਕੰਮ ਕਰਦਾ ਹੈ ਤੁਹਾਡੀਆਂ 100 ਰਿਸ਼ਤੇਦਾਰੀਆਂ ਹੁਣ ਮੰਨ ਲਓ ਜਿਸ ਰਿਸ਼ਤੇਦਾਰੀ ਚ ਤੁਹਾਡਾ ਕੂੜਾ ਪਿਆਰ ਹੋਵੇਗਾ ਨਾ ਜਦੋਂ ਉਹਦੇ ਆਉਣ ਦਾ ਪਤਾ ਲੱਗੇਗਾ ਨਾ ਤੇ ਤੁਹਾਡਾ ਚਾਅ ਨਹੀਂ ਚੱਕਿਆ ਜਾਵੇ ਤੁਸੀਂ ਇੰਨੀਆਂ ਤਿਆਰੀਆਂ ਕਰੋਗੇ ਨਾ ਉਹਦੇ ਆਉਣ ਚ ਬਾਰ ਬਾਰ ਫੋਨ ਕਰੋਗੇ ਭੈਣ ਜੀ ਕਿੱਥੇ ਪਹੁੰਚ ਗਏ ਭਾਈ ਸਾਹਿਬ ਕਿੱਥੇ ਪਹੁੰਚ ਗਏ ਉਹ ਵੇਖਿਓ ਕਿਤੇ ਆ ਐ ਐ ਐ ਐ ਐ ਐ ਬਾਰ ਬਾਰ ਪੁੱਛਾਂਗੇ ਤੇ ਜਿੰਨਾ ਚਿਰ ਉਹ ਆ ਨਹੀਂ ਨਾ ਜਾਂਦਾ ਅਸੀਂ ਗੇਟ ਜੀ ਖੜੇ ਰਵਾਂਗੇ ਪਿਆਰ ਫਿਰ ਤੇ ਜਿੰਨਾ ਦਾ ਪਿਆਰ ਨਹੀਂ ਨਾ ਹੁੰਦਾ ਮਨ ਬੈਠੇ ਰਹਿੰਦੇ ਅੰਦਰ ਅਸੀਂ ਕਮਰੇ ਜਾਪੇ ਆ ਜਾਣਗੇ ਜਦੋਂ ਆਉਣਾ ਹੋਵੇ ਗੰਗਾ ਜੀ ਕੇ ਰੱਖ ਸਤਨਾਮੀ ਤੌਰ ਤੇ ਵੀ ਪਿਆਰ ਕੰਮ ਕਰਦਾ ਹੈ ਤੇ ਇੱਧਰ ਗੁਰੂ ਮਹਾਰਾਜ ਦੇ ਚਰਨਾਂ ਚ ਵੀ ਪਿਆਰ ਹੀ ਕੰਮ ਕਰਦਾ ਹੈ ਇੱਕ ਵਾਰ ਸਤਿਗੁਰ ਸਿਮਰਨ ਮਾਤਰ ਸਿਮਰਨ ਤਾਈ ਬਾਰ ਬਾਰ ਗੁਰ ਹੈ ਉਹ ਜਿਹੜੇ ਪਿਆਰ ਨਾਲ ਮਾਰੇ ਨੇ ਇੱਕ ਵਾਰ ਯਾਦ ਕਰਨ ਧੰਨ ਗੁਰੂ ਅਰਜਨ ਦੇਵ ਸਿੰਘ ਧੰਨ ਗੁਰੂ ਅਰਜਨ ਮਹਾਰਾਜ ਬਾਰ ਬਾਰ ਆਪਣੇ ਸਿੱਖ ਨੂੰ ਯਾਦ ਕਰਦੇ ਭਾਵਣੀ ਭਗਤ ਭਾਈ ਬੋਧੀ ਅਗਰ ਭਾਗ ਰਾਖੇ ਤਾਹੀ ਗੁਰ ਸਰਬ ਭਾਵਨਾ ਨਾਲ ਕੋਈ ਕੌਡੀ ਵੀ ਭੇਟਾ ਕਰਦੇ ਨਾ ਬਹੁਤੀ ਮਾਇਆ ਦੀ ਗੱਲ ਨਹੀਂ ਇਹ ਵੀ ਨਾ ਕੋਈ ਭੇਟਾ ਰੱਖੇ ਮਨ ਚ ਵੀ ਵੱਡਾ ਨੋਟ ਮੱਥਾ ਟੇਕਾਂਗੇ ਤੇ ਵੱਡੀ ਕਿਰਪਾ ਮਿਲਣੀ ਹੈ ਐਪ ਲੱਗੇ ਹੁੰਦੇ ਆ ਨਾ ਜਦੋਂ ਕੋਈ ਮੇਰਾ ਧਰਮ ਸਥਾਨ ਤੇ ਜਾਂਦਾ ਹੈ ਨਾ ਤੇ ਉਹ ਨਾ ਜੋ ਦੇਗ ਕਰਵਾਏਗਾ ਨਾ ਦੇਗ ਐ ਵੱਡੀ ਜੀ ਥਾਲੀ ਚ ਕਰਵਾਏਗਾ ਜਿਵੇਂ ਉਹਨੂੰ ਜ਼ਿਆਦਾ ਕਰਵਾਏ ਉਹੀ ਜਦੋਂ ਰਸਤੇ ਜਾਂਦਾ ਕੋਈ ਗਰੀਬ ਗੁਰਬਾ ਮਿਲ ਜਾਵੇ ਤੇ ਉੱਥੇ 5 ਰੁਪਏ ਦੇਣ ਦੀ ਹਿੰਮਤ ਨਹੀਂ ਹੁੰਦੀ ਉੱਥੇ ਐਡੀ ਵੱਡੀ ਤਾਰੀ ਚੱਕੇਗਾ ਤੇ ਜਦੋਂ ਕੋਈ ਗਰੀਬ ਕਿਤੇ ਸਬਜ਼ੀ ਲੈਣ ਲੱਗੇਗਾ ਕਿਤੇ ਹੋਰ ਕਰਦੇ ਤਾਂ ਜਿਹੜੇ ਜਿਹੜੇ ਖੂਨ ਪਸੇ ਦੱਸਣ ਉਹਨਾਂ ਦੀ ਕਿਰਤ ਕਰਦੇ ਉੱਥੇ ਉੱਥੇ 2 ਰੁਪਏ ਪਿੱਛੇ ਲੜੀ ਜਾਏਗਾ ਕਈ ਕਈ ਵਿਰਲਾ ਹੁੰਦਾ ਜਿਹਦੀ ਕਿਰਪਾ ਭਾਵਨਾ ਵੇਖਦੇ ਨੇ ਮਹਾਰਾਜ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਹਿ ਕੌਡੀ ਵੀ ਭੇਟਾ ਕਰਦੇ ਹੋਵੇ ਭਾਵਨਾ ਦੇ ਨਾਲ ਤਾਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ ਗੁਰੂ ਨਾਮ ਨਿਧੀ 18 ਸਮੇਂ ਚੋਰੀ ਕਰ ਦਿੰਦੇ ਨੇ ਸਤਿਗੁਰ ਦਇਆ ਨਿਤ ਮਹਿਮਾ ਆਗਾਦ ਬੋਧ ਆ ਤੁਸੀਂ ਵੇਖੋ ਨਾ ਮਹਾਰਾਜ ਦੀ ਮਹਿਮਾ ਦੇਖੋ ਇੱਕ ਸਿੱਖ ਹੱਥਾਂ ਚੌਰ ਸਾਹਿਬ ਦੂਜਾ ਫੜ ਲੈਂਦੇ ਸਾਰਿਆਂ ਦੇ ਮਨ ਚ ਕਿੰਨਾ ਚਾਅ ਹੁੰਦਾ ਮੈਂ ਕਰਾਂ ਸੇਵ ਮੈਂ ਕਰਾਂ ਸੇਵ ਮੈਂ ਕਰਾਂ ਸੇਵ ਕਿਵੇਂ ਮਹਾਰਾਜ ਦੇ ਚਰਨਾਂ ਜੁੜ ਕੇ ਬੈਠੇ ਹਾਂ ਇਹ ਮਹਿਮਾ ਮਹਾਰਾਜ ਜੀ ਸਤਿਗੁਰ ਦਇਆ ਨਿਤ ਮਹਿਮਾ ਆਗਾਧ ਬੋਧ ਇੱਥੇ ਤਾਂ ਇੱਕ ਚੀਜ਼ ਹੀ ਬਣਦੀ ਹੈ ਨਮੋ 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 ਨੇਤ 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 ਹੈ ਗੁਰੂ ਮਹਾਰਾਜ ਨੂੰ ਨਮਸਕਾਰ ਹੀ ਕਰਨੀ ਬਣਦੀ ਹੈ ਬਸ ਜਿੰਨੀ ਕੋਈ ਨਮਸਕਾਰ ਕਰਦਾ ਜਿੰਨੀ ਨਮਸਕਾਰ ਤੇ ਮਾਫ ਕਰਨਾ ਆ ਕੀਰਤਨ ਆ ਕਥਾ ਆ ਦਰਬਾਰ ਇਹ ਨਮਸਕਾਰ ਵਾਸਤੇ ਹੀ ਹੈ ਸਾਰਾ ਕੁਛ ਆਓ ਭਾਈ ਪ੍ਰਾਣਾ ਜੀ ਬੈਠੇ ਨੇ ਅੱਜ ਲੱਗਿਆ ਅੱਜ ਮੇਰਾ ਸਿਮਰਨ ਨਹੀਂ ਹੋਇਆ ਬੜਾ ਸਿਮਰਨ ਕਰ ਲਈਏ ਭਾਈ ਪ੍ਰਾਣਾ ਜੀ ਅੱਖਾਂ ਬੰਦ ਕਰਕੇ ਸਿਮਰਨ ਕਰ ਰਹੇ ਨੇ ਆਓ ਆਪਾਂ ਵੀ ਕਰੀਏ 2 ਮਿੰਟ ਸਿਮਰਨ ਕੋਈ ਵੀ ਰਸਨਾ ਬਾਜੀ ਨਾ ਰਵੇ ਵਾਹਿਗੁਰੂ 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 ਵਾਹਿਗੁਰੂ
I'm not.
ਜਿੰਨੀਆਂ ਕਥਾ ਕਹਾਣੀਆਂ ਨੇ, ਜਿੰਨੀਆਂ ਸਾਖੀਆਂ, ਜਿੰਨਾ ਇਤਿਹਾਸ, ਜਿੰਨੇ ਗੁਰਬਾਣੀ ਦੇ ਸ਼ਬਦ ਨੇ, ਸਾਰਿਆਂ ਦੇ ਨਿਚੋੜ ਪਤਾ ਕੀ ਹੈ? ਤਤ ਸਾਰ ਮੈਂ ਤੋਂ ਸ਼ੁਰੂ ਹੋ ਕੇ ਤੂੰ ਤੱਕ ਪਹੁੰਚਣਾ, ਮੈਂ ਖਤਮ ਕਰਕੇ ਤੂੰ ਤੱਕ ਪਹੁੰਚਣਾ, ਬਸ ਇੰਨਾ ਕੀ ਹੈ? ਪਹਿਲਾ ਬੰਦਾ ਕੀ ਕਰਦਾ? ਮੈਂ, ਮੇਰਾ ਘਰ, ਮੇਰਾ ਪਰਿਵਾਰ, ਮੇਰੀ ਬੀਵੀ, ਮੇਰੇ ਬੱਚੇ, ਮੇਰੀ ਗੱਡੀ, ਮੇਰਾ ਮੋਬਾਈਲ, ਤੇ ਜਦੋਂ ਜੁੜ ਜਾਂਦਾ ਹੈ ਨਾ, ਜਪਦਿਆਂ ਜਪਦਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਅਭਿਆਸ ਕਰਦਿਆਂ 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 ਜਦੋਂ ਕਿਤੇ ਉਹਦੀ ਕਿਰਪਾ ਦਾ ਇੱਕ ਕਿਣਕਾ ਵਸ ਜਾਂਦਾ ਹੈ ਨਾ, ਤੇ ਫਿਰ ਅੰਦਰੋਂ ਆਵਾਜ਼ ਆਉਂਦੀ ਹੈ, ਕਬੀਰ ਮੇਰਾ ਕੁਝ ਮੈਂ ਤੇ ਭੁੱਲਿਆ ਫਿਰਦਾ ਸੀ, ਮੈਂ ਤੇ ਐਵੇਂ ਫਰਕ ਪਈ ਜਾਂਦਾ ਸੀ, ਮੇਰਾ ਕੁਝ ਮੈਂ ਜੋ ਕਿਛ ਹੈ ਸੋ ਤੇਰਾ। ਤੁਹਾਨੂੰ ਇੱਕ ਨਹੀਂ ਅਨੇਕਾਂ ਬਚਨ ਮਿਲ ਜਾਣਗੇ, ਜਬ ਹਮ ਹੋਤੇ ਅਬ ਤੂੰ ਨਹੀਂ, ਜਦੋਂ ਮੈਂ ਸੀ ਤੂੰ ਨਹੀਂ ਸੀ, ਅਬ ਤੂੰ ਹੀ ਮੈਂ, ਹੁਣ ਤੂੰ ਆ ਗਿਆ ਮੇਰੇ ਮਿੱਤਰ, ਹੁਣ ਮੈਂ ਖਤਮ, ਮੇਰਾ ਕੀ ਕੰਮ ਹੈ? ਤੂੰ ਆ ਗਿਆ ਠੀਕ, ਹੁਣ ਮੈਂ ਤੂੰ ਇੱਕ ਇੱਕ ਨਹੀਂ, ਤਨੀਕਾਂ ਐਸੇ ਬਚਨ ਮਿਲਣਗੇ, ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਇੱਕ ਰਾਸ ਇੱਕ ਨਹੀਂ ਸਰੇ, ਬੰਦਾ ਲੱਖ ਯਤਨ ਕਰਦੇ, ਬੜੇ ਹੱਥ ਪੈਰ ਮਾਰਦਾ, ਕੋਈ ਕਾਰਜ ਜਾਂ ਜੀਵਨ 'ਚ ਰੁਕਿਆ ਨਹੀਂ ਹੋ ਰਿਹਾ, ਕੋਈ ਵਿਗੜ ਪਿਆ ਨਹੀਂ ਹੱਲ ਹੋ ਰਹੀ, ਕੋਈ ਕੋਈ ਮੁਸ਼ਕਲ ਪਈ ਹੈ ਜੀਵਨ ਵਿੱਚ ਪਰਿਵਾਰ 'ਚ ਨਹੀਂ ਹੱਲ ਹੋ ਰਹੀ, ਨਹੀਂ ਹੋਵੇਗੀ ਜਦੋਂ ਤੱਕ ਮੇਰੀ ਮੇਰੀ ਕਰੇਗਾ, ਨਹੀਂ ਹੱਲ ਹੋਣੀ, ਲੱਖ ਯਤਨ ਕਰ ਲੈ, ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਫਿਰ ਕੁਛ ਕਰਨੀ ਲੋੜੀ, ਫਿਰ ਕੁਛ ਨਹੀਂ ਕਰਨੀ ਲੋੜੀ, ਫਿਰ ਆਪ ਆਪ ਕਿਰਪਾ ਕਰੋ। ਅਰੇ ਜਿੰਨਾ ਕਹਿਣਾ ਤੇ ਸੁਣਨਾ ਸੌਖਾ ਹੈ ਨਾ, ਮੈਂ ਤੋਂ ਚੱਲ ਕੇ ਤੂੰ ਤੱਕ ਪਹੁੰਚਣਾ ਓਨਾ ਹੀ ਔਖਾ। ਉਮਰ ਦੇ ਹਿਸਾਬ ਨਾਲ ਬੰਦੇ ਦੀਆਂ ਇੰਦਰੀਆਂ ਕਮਜ਼ੋਰ ਹੁੰਦੀਆਂ ਨੇ, ਪਰ ਹਉਮੈ ਦਾ ਜਿਹੜਾ ਪੱਧਰ ਹੈ ਉੱਚਾ ਹੋਈ ਜਾਂਦਾ ਹੈ, ਅੱਖਾਂ ਕਮਜ਼ੋਰ ਹੁੰਦੀਆਂ ਉਮਰ ਦੇ ਹਿਸਾਬ ਨਾਲ, ਚਸ਼ਮੇ ਲੱਗ ਜਾਂਦੇ ਨੇ, ਲੈਂਜ ਲੱਗ ਜਾਂਦੇ ਨੇ, ਕੰਨਾਂ 'ਚ ਮਸ਼ੀਨਾਂ ਲੱਗ ਜਾਂਦੀਆਂ ਨੇ, ਮੂੰਹ 'ਚੋਂ ਦੰਦ ਨਿਕਲਦੇ ਨੇ, ਨਕਲੀ ਲੱਗ ਜਾਂਦੇ ਨੇ ਉਮਰ ਦੇ ਹਿਸਾਬ, ਇੰਦਰੀਆਂ ਕਮਜ਼ੋਰ ਹੋ ਰਹੀਆਂ ਨੇ, ਹੱਥ ਕੰਬ ਰਹੇ ਨੇ, ਪੈਰ ਕੰਬ ਰਹੇ ਨੇ, ਡਕੋਰੀ ਚਾਹੀਦੀ ਹੈ, ਬੈਠਣ ਵਾਸਤੇ ਵੀ ਸਹਾਰਾ, ਉੱਠਣ ਵਾਸਤੇ ਵੀ ਸਹਾਰਾ। ਪਰ ਬਾਣੀ ਦਾ ਬਚਨ ਹੈ, ਇੰਦਰੀਆਂ ਕਮਜ਼ੋਰ ਹੁੰਦੀਆਂ ਨੇ, ਪਰ ਬੰਦੇ ਦੇ ਮਨ ਦੀ ਜਿਹੜੀ ਹਉਮੈ ਹੁੰਦੀ ਹੈ ਨਾ, ਉਹ ਹੋਰ ਵੱਧਦੀ ਜਾਂਦੀ, ਹੋਰ ਵੱਧਦੀ, ਹੋਰ ਵੱਧਦੀ। ਗੁਰੂ ਹੀ ਕਿਰਪਾ ਕਰ। ਭਾਈ ਪ੍ਰਾਣਾ ਜੀ ਬੈਠੇ ਨੇ, ਐਂ ਲੱਗਿਆ ਜਿਵੇਂ ਅੱਗੋਂ ਜੀ ਕੋਈ ਨੰਗੇ ਹੈ, ਅੱਖਾਂ ਖੁੱਲ੍ਹ ਕੇ ਵੇਖੀਆਂ, ਐਵੇਂ ਲੱਗਾ ਕੋਈ ਚੋਰ ਹੈ, 10:30 ਪੂਰੇ ਹੋ ਚੁੱਕੇ ਨੇ, ਮੈਨੂੰ ਥੋੜ੍ਹਾ ਜਿਹਾ ਤੁਸੀਂ ਐਸਟੀਮੇਟ ਦੱਸ ਦਿਓ ਮੈਂ ਕਿੰਨੇ ਕੁ ਮਿੰਟ ਉੱਤੇ ਜਾ ਸਕਦਾ ਅੱਜ ਕੇ ਆਪ ਸਤਨਾਮ, 10:30 ਦਾ ਮੈਨੂੰ ਹੁਕਮ ਹੈ, ਕਿੰਨਾ ਕੁ ਮਿੰਟ ਲਈ ਗੁਰੂ ਨੇ ਸਾਖੀ ਪੂਰੀ ਹੋ ਜਾਏ, ਬਸ ਤੁਸੀਂ ਜੁੜੇ ਹੋ, ਅਸੀਂ ਵੀ ਤੁਹਾਡੇ ਚਰਨਾਂ ਨਾਲ ਜੁੜੇ, ਸੁਣਨ ਵਾਲੇ ਆਉਣ ਤੇ ਸੁਣਾਉਣ ਦਾ ਵੀ ਆਨੰਦ ਬਣਦਾ। ਚਲੋ ਐਂ ਲੱਗਿਆ ਜਿਵੇਂ ਕੋਈ ਚੋਰ ਹੈ। ਭਾਈ ਪ੍ਰਾਣਾ ਜੀ ਨੇ ਪੁੱਛਿਆ ਤੂੰ ਕੌਣ ਹੈ? ਉਹ ਬੜੇ ਗੁੱਸੇ ਨਾਲ ਕਹਿੰਦਾ ਤੁਸੀਂ ਕੀ ਲੈਣਾ ਆਪਣਾ ਕੰਮ ਕਰੋ, ਨਹੀਂ ਦੱਸੋ ਤੇ ਸਹੀ ਤੁਸੀਂ ਕੌਣ? ਭਾਈ ਪ੍ਰਾਣਾ ਜੀ ਪੁੱਛਦੇ ਨੇ, ਉਹ ਗੁੱਸੇ ਨਾਲ ਕਹਿੰਦਾ ਮੇਰਾ ਨਾਮ ਹੈ ਲੱਖੂ, ਮੈਂ ਚੋਰ ਹਾਂ, ਮੈਂ ਲੁੱਟ ਮਾਰ ਕਰਦਾ, ਤੁਹਾਨੂੰ ਮੈਂ ਦਾਂ ਛੱਡ ਦਿੱਤਾ, ਮੈਨੂੰ ਤੁਸੀਂ ਕੋਈ ਮਹਾਂਪੁਰਸ਼ ਲੱਗਦੇ ਹੋ ਨਾਮ ਚੱਪਣ ਵਾਲੇ। ਅੱਛਾ ਤੂੰ ਲੁੱਟ ਮਾਰ ਕਰਦਾ, ਕਿਹਦੇ ਵਾਸਤੇ ਕਰਦਾ? ਉਹ ਭਾਈ ਲੱਖੂ ਕਹਿੰਦਾ ਕਿ ਬੱਚਿਆਂ ਵਾਸਤੇ, ਪਰਿਵਾਰ ਵਾਸਤੇ, ਹੋਰ ਕਿਹਦੇ ਵਾਸਤੇ ਕਰਨਾ? ਆਹ ਗੱਲ ਸੁਣਨ ਵਾਲੀ ਹੈ ਸਾਡੇ ਸਾਰਿਆਂ ਦੇ। ਭਾਈ ਲੱਖੂ ਕਹਿੰਦਾ ਜੀ ਬੱਚਿਆਂ ਵਾਸਤੇ ਕਰਦਾ, ਚੋਰੀ ਲੁੱਟ ਮਾਰ ਪਾਪ ਗੁਨਾਹ। ਤੇ ਭਾਈ ਪ੍ਰਾਣਾ ਜੀ ਕਹਿੰਦੇ ਜਦੋਂ ਲੇਖਾ ਹੋਵੇਗਾ ਕੀ ਤੇਰੇ ਬੱਚੇ ਤੇਰਾ ਸਾਥ ਦੇਣਗੇ?
جدو تیرا دیکھا ہوئے گا تیرا پروار تیرا ساتھ رہے گا کہ نہیں ہوتے کی نوں پتہ نہیں تے پائی پہنا کہ تے آ پھر تینوں میں دساں میرے کول گئے بٹھا لیا تے دو بچن سنائے گربانی دے پائی پرانا جی نے پہلا انکائے راتڑیا آٹ دہلی نام آپ کما دیا تیرا کوئی راہ کدے بھی بچیاں پیچھے پروار پیچھے گھر والی دے پیچھے کدے گناہ نہ کریے نہ دے سکھا واسطے کیونکہ جب لکھا ہونا کسی نے تیرے نال بھی کھڑنا گج گیا کو سجنا تے دوجا بچن سنایا بابے کبیر دا باو پر پنچ کر اور بڑے پر پنچ کر دے مل چل کر دے جھوٹ بول دے گھٹ توڑ دے رنگ گیریاں کر دے پرایا ہاتھ مار دے باو پر پنچ کر پر دھن لیا میں سوت دارا پین سوت میں دے پتر دارا میں دے گھر والی نہ تو لٹا دے نہ کرو موجا میں کماریا تسی کرو موجا بابا کبیر کہتے من میں بھولے بھول کے بھی ایسا گناہ نہ کری کیوں انتن میرا تیرے جدو انتم سمے دیکھا لیا جانا نا سکینا تینوں ہی پھڑیا جانا تیری بنائی مایا تیری بنائی پراپرٹی تیری بنایا سارا امپائر تیرے بچیاں نے بن لینا ہے تیرے پروار نے تیری پراپرٹی تیری مایا سارا کچھ بن لینا ہے پر تیرے کرما نو کسی نے کرمی آپو بھائی لکھو کہیں دے مہاراج مینوں اپنا سکھ بناو نے رجی کرپا کرو تے بھائی پرانا کہیں دے میں کیویں میں تے آپ کسی دا سکھ ہوں میرے کول کک نہیں ہے آپ تینوں اتنے لے کے چلیں جتوں میری تھی کرپا ہوئی ہے بھائی پرانا بھائی لکھو نو امرتسر صاحب لے کے آئے گرو ارجن دیو صاحب دے دربار ایویں سنگتاں جڑیاں نے سیوا چل رہی ہے سروور دی تے بھائی لکھو نے جدوں متھا ٹیکیا گرو ارجن دیو نے پوچھا بھی تیرا کی نام ہے کی کرنا ہے جی میرا نام لکھو ہے میں ڈاکو ہاں میں چور ہاں تے کام نہ پوچھو میں کام کوئی چنگا کیتا ہی نہیں ہے جیتا سمندر ساگر دیر پریا جیتے اوگن ہمارے اچھا ہوں کی جاؤنا ہے گرو مہاراج پوچھ دے ہوں کی جاؤنا ہے مہاراج جیڑی کرپا تہاڈی سنگتاں دے اوپر ہے آج جڑا بانی دا نور سیوا دا سرور تہاڈی سنگتاں دے اوپر ہے میرے تے وی کرپا کر دو تے مہاراج کہندے پھر کرو سیوا گرو مہاراج پوچھ دے نے تے بھائی لکھو جی ارداس کر دے نے آو تسی وی کرو میرے نال ہر جیو کرپا کرو کرو کرپا کرو تم پیاری پیاری کرپا کرو تم پیاری ہر جیو کرپا کرو
ਸਤਨਾਮ ਵਾਹਿਗੁਰੂ
ਅਸੀਂ ਜਿੰਨੇ ਬੈਠੇ ਹਾਂ ਉਹਨਾਂ ਅਸੀਂ ਮਹੀਨੇ 'ਚ ਵੀ 51 ਨਹੀਂ ਕਰਦੇ ਹੋਣੇ ਜਪਜੀ ਸਾਹਿਬ ਇੱਕ ਹਾਸੇ ਦੀ ਗੱਲ ਸੁਣ ਤੁਸੀਂ ਸੱਚੀ ਸਿਨੇਮਾ ਘਰ ਵਿੱਚ ਬੰਦਾ ਬੈਠਾ ਹੋਵੇ ਨਾ ਤੇ 2.5-3 ਘੰਟੇ ਪਤਾ ਹੀ ਨਹੀਂ ਲੱਗਦਾ ਅੱਜ ਕੱਲ੍ਹ ਸੀਰੀਅਲ ਬੜੇ ਆਉਂਦੇ ਨੇ ਇੱਥੋਂ ਦਾ ਤਾਂ ਮੈਨੂੰ ਪਤਾ ਨਹੀਂ ਪੰਜਾਬ 'ਚ ਤਾਂ ਬੇਬੀਆਂ ਨੇ ਨਾ ਕਾਪੀ ਲਾਈ ਹੁੰਦੀ ਵੀ ਕਿਹੜਾ ਕਿਹੜੇ ਟਾਈਮ ਆਉਂਦਾ ਕਿਹੜਾ ਕਿਹੜੇ ਟਾਈਮ ਆਉਂਦਾ ਕਿਤੇ ਨਿਕਲ ਹੀ ਨਾ ਜਾਵੇ ਭੱਜ ਕੇ ਸਤਨਾਮ ਕੋਈ ਕਰਮਾਂ ਵਾਲਾ ਹੋਵੇਗਾ ਮੇਰੇ ਸਮੇਤ ਮੈਂ ਆਪਣੇ ਸਮੇਤ ਕਹਿ ਰਿਹਾ ਮੇਰੇ ਸਮੇਤ ਕੋਈ ਕਰਮਾਂ ਵਾਲਾ ਹੋਵੇਗਾ ਜਿਹੜਾ ਇੱਕ ਚੌਂਕੜੇ ਤੇ ਸੁਖਮਨੀ ਸਾਹਿਬ ਦਾ ਪਾਠ ਕਰੇ ਤੇ ਗੋਡਾ ਐਵੇਂ ਨਾ ਹੋਵੇ ਗੱਜ ਕੇ ਆਖੋ ਸਤਨਾਮ ਸੱਚੀ ਬਾਤ ਨਹੀਂ ਤੇ ਜਦੋਂ ਚੌਥਵੀਂ ਪੰਦਰਵੀਂ ਅਸ਼ਟਪਦੀ ਆਉਣੀ ਹੈ ਨਾ ਫਿਰ ਅੰਦਰੋਂ ਐਖੋ ਮੈਨੂੰ ਰੱਖ ਦੇ ਗੁਰਗਾ ਸਾਹਿਬ ਪੋਥੀ ਰੱਖ ਦੇ ਹੁਣ ਤੇ ਬਸ ਬਾਹਰ ਚਲਾ ਜਾ ਤੇ ਨਾਣਾ ਗਿਆ ਤੇ ਤੇਰੇ ਪਿੱਛੇ ਕੋਈ ਡੰਡਾ ਲੈ ਕੇ ਫੜ ਬੈਠਾ ਐਵੇਂ ਕਈ ਤਾਂ ਉਹ ਨੇ ਜਿਹੜੇ ਵਿਚਾਰੇ ਕਰਦੇ ਨੇ ਨਿਤਨੇਮ ਕਰਦੇ ਨੀ ਬਾਣੀ ਪੜ੍ਹਦ ਬਹੁਤੇ ਤਾਂ ਉਹ ਨੇ ਜਿਹੜੇ ਪੜ੍ਹਦੇ ਨੀ ਜਿਹੜੇ ਸੁਖਮਨੀ ਸਾਹਿਬ ਦਾ ਰੋਜ਼ ਇੱਕ ਪਾਠ ਇਹ ਸੱਚ ਹੈ ਪਰ ਇਹ ਵੀ ਸੱਚ ਹੈ ਜਿਹੜੇ ਕਰਦੇ ਨੇ ਉਹ ਸ਼ੁਰੂ ਬਾਅਦ ਵਿੱਚ ਕਰਨਗੇ ਟਾਈਮ ਪਹਿਲਾਂ ਵੇਖਣਗੇ ਤੇ ਟੌਪ ਗੇਅਰ ਪਾ ਦੇਣਾ ਜਿਵੇਂ ਗੱਡੀ ਦਾ ਟੌਪ ਮੈਟਰੋ ਨਹੀਂ ਚੱਲਦੀ ਹੈ ਚੱਲਦਾ ਨਿਤਨੇਮ ਇਹ ਗੱਲ ਹਾਸੇ ਵਾਲੀ ਪਰ ਸੱਚੀ ਤੇ ਨਿਤਨੇਮ ਅਸੀਂ ਪਤਾ ਕਿਵੇਂ ਕਰਦੇ ਹਾਂ ਸਾਰੇ ਮੇਰੇ ਸੁਮੇਤ ਜਲਦਬਾਜ਼ੀ ਚ ਬੰਦਾ ਭੋਜਨ ਵੀ ਛਕੇ ਨਾ ਸਵਾਦ ਪਤਾ ਲੱਗਦਾ ਤੇ ਨਾ ਰਸ ਆਉਂਦਾ ਤੇ ਨਾ ਉਹ ਪਚਦਾ ਉਲਟਾ ਅੰਦਰ ਜਾ ਕੇ ਗੜਬੜ ਕਰ ਦਿੰਦੇ ਬਾਦਲ ਜਿਵੇਂ ਹੋ ਜਾਂਦੀ ਸਹਿਜ ਨਾਲ ਭੋਜਨ ਕੀਤਾ ਜਾਵੇ ਦੋ ਪ੍ਰਸ਼ਾਦੇ ਛਕੋ ਤੁਹਾਨੂੰ ਰਸ ਵੀ ਆਵੇਗਾ ਸਵਾਦ ਵੀ ਆਵੇਗਾ ਤੁਹਾਨੂੰ ਤਸੱਲੀ ਵੀ ਹੋ ਜਾਵੇ ਜਲਦਬਾਜ਼ੀ ਚ ਬੰਦਾ ਗੱਡੀ ਚਲਾਵੇ ਤੇ ਕਿਵੇਂ ਸਹੀ ਪਹੁੰਚੇਗਾ ਬੱਚਾ ਜਲਦਬਾਜ਼ੀ ਚ ਹੋਮਵਰਕ ਕਰੇਗਾ ਤੇ ਕੀ ਨਾ ਲਿਖਾਈ ਆਉਣੀ ਹੈ ਤੇ ਨਾ ਉਹਦੇ ਵਿੱਚ ਕੀ ਪਤਾ ਪਰ ਇੱਕ ਸੱਚੀ ਬਾਤ ਹੈ ਕੜਵੀ ਬੰਦਾ ਬਾਕੀ ਕੰਮ ਦਾ ਸਾਰੇ ਬੜੇ ਧਿਆਨ ਨਾਲ ਕਰਦਾ ਬਹੁਤ ਧਿਆਨ ਨਾਲ ਕਰਦਾ ਇੱਕ ਨੋਰਮਲ ਐਗਜ਼ਾਮਪਲ ਹੈ ਤੁਸੀਂ ਮੇਰੇ ਭੈਣ ਭਰਾ ਬੈਠੇ ਹੋ ਆਹ ਮੋਬਾਈਲ ਆਉਣਾ ਇੱਕ ਵਾਰ ਬੰਦਾ ਨੈੱਟ ਆਨ ਕਰੇਗਾ ਨਾ ਅੱਧਾ ਪੌਣਾ ਘੰਟਾ ਤੇ ਪਤਾ ਵੀ ਨਹੀਂ ਲੱਗਦਾ ਕਦੋਂ ਬੀਤ ਜਾਂਦੇ ਪਰ ਇੱਕ ਇੱਕ ਮੈਸੇਜ ਧਿਆਨ ਨਾਲ ਫਲਾਣੀ ਨੇ ਕੀ ਭੇਜਿਆ ਉਹਨੇ ਕੀ ਭੇਜਿਆ ਉਹਨੇ ਕੀ ਭੇਜਿਆ ਫਲਾਣੀ ਗਰੁੱਪ 'ਚ ਕੀ ਆਇਆ ਫਲਾਣੀ 'ਚ ਕੀ ਆਇਆ ਜੇ ਲੈਣਾ ਕਿਹੜਾ ਕੱਖੜੀ ਜਿਹਦੇ ਨਾਲ ਲੈਣਾ ਕਿਹੜੀ ਕੱਖੜੀ ਹੈ ਉੱਥੇ ਟਾਈਮ ਬੰਦਾ ਕਰ ਸਕਦਾ ਹੈ ਪਰ ਜਦੋਂ ਕਿਤੇ ਬਾਣੀ ਪੜ੍ਹਨੀ ਪੈ ਜਾਵੇ ਤਾਪ ਹੀ ਚੜ ਜਾਂਦਾ ਹੈਗਾ ਜੀ ਕਿਹਾ ਕੋ ਸਤਨਾਮ ਵਾਹਿਗੁਰੂ ਵੀ ਹੁਣ ਤਾਂ ਨਿਬੇੜੇ ਬਹੁਤੀ ਉਹ ਨਹੀਂ ਜਿਹੜੇ ਕਰਦੀ ਨੀ ਤੇ ਜਿਹੜੇ ਕਰਦੇ ਨੀ ਉਹਨਾਂ ਨੂੰ ਵੀ ਕੱਖ ਨੀ ਨੀ ਨਿਤਨੇਮ ਹੋਇਆ ਤਾਂ ਵੀ ਕੋਈ ਫਰਕ ਨੀ ਜੇ ਨਹੀਂ ਹੋਇਆ ਤਾਂ ਵੀ ਕੋਈ ਫਰਕ ਨੀ ਜ਼ਿੰਦਗੀ ਵਿੱਚ ਰਸ ਮੰਨਣਾ ਚਾਹੀਦਾ ਮਾਂ ਹੋ ਕੇ ਇੱਕ ਸ਼ਰਾਬੀ ਦੀ ਐਗਜ਼ਾਮਪਲ ਦਿੰਦੇ ਬਹੁਤ ਕੁਛ ਕਹਿੰਦੇ ਸ਼ਰਾਬੀ ਬੰਦਾ ਜਦੋਂ ਜਾਂਦਾ ਹੈ ਨਾ ਠੇਕੇ ਤੇ ਉਹਦੀ ਜਾਨ ਲੱਗਣ ਤੋਰ ਪਤਾ ਕਿਵੇਂ ਦੀ ਹੁੰਦੀ ਆ ਡਿੱਗੂ ਡਿੱਗੂ ਟੱਟੂ ਟੱਟੂ ਐ ਸੁਸਤ ਜਿਹਾ ਹੋ ਕੇ ਜਾਂਦਾ ਮਹਾਂਪੁਰ ਕੇ ਐਗਜ਼ਾਮਪਲ ਦਿੰਦੇ ਔਰ ਇਹ ਗੁਰਬਾਣੀ ਚ ਵੀ ਲਿਖੇ ਮੱਛੀ ਦੀ ਤੇ ਅਮਲੀ ਦੀ ਐਗਜ਼ਾਮਪਲ ਦੇ ਕੇ ਕਹਿੰਦੇ ਨੇ ਰੱਬ ਨਾਲ ਪਿਆਰ ਕਰਨਾ ਮੱਛੀਆਂ ਨੂੰ ਕਰ ਜਿਵੇਂ ਮੱਛੀ ਦਾ ਪਾਣੀ ਨਾਲ ਅਮਲੀ ਦਾ ਅਮਲ ਨਾਲ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਕਹਿੰਦੇ ਮਹਾਂਪੁਰਸ਼ ਕਹਿੰਦੇ ਜਦੋਂ ਜਾਂਦਾ ਹੈ ਨਾ ਉਦੋਂ ਤੇ ਬਿਲਕੁਲ ਡਾਊਨ ਤੇ ਜਦੋਂ 15-10 ਮਿੰਟ ਉੱਥੇ ਹੋ ਕੇ ਆਉਂਦਾ ਨਾ ਤੇ ਆਉਂਦਾ ਉੱਡੋ ਉੱਡੋ ਕਰਦਾ ਵੀ ਹੱਜ ਜਾਓ ਬਸ ਹੁਣ ਤੇ ਪਾਸੇ ਹੋ ਜਾਓ ਤੇ ਕਹਿੰਦੇ 2 ਘੰਟੇ ਸੁਖਮਨੀ ਸਾਹਿਬ ਪਰ ਕਹਿੰਦੇ ਛੇੜੇ ਫਿਰ ਵੀ ਉਤਰੇ ਉਹਨੇ ਨੂੰ ਪਤਾ ਨਾ ਚੜ੍ਹਦੀ ਕਲਾ ਕਹਿੰਦੇ ਕਿ ਤੂੰ ਹੈ ਨਾਨਕ ਨਾਮ ਚੜ੍ਹਦੀ ਕਲਾ ਤੇ ਆਈ ਨੀ ਕਿਉਂਕਿ ਦਵਾਈ ਜਿਵੇਂ ਖਾਣੀ ਸੀ ਉਵੇਂ ਖਾਈ ਨੀ ਦਵਾਈ ਦਾ ਤੇ ਕੋਈ ਕੁਛ ਨਹੀਂ ਚਲੇ ਇੱਧਰ ਨਾ ਜਾਈਏ
شاق ہوئے تو سارا کچھ ہی ہو جاندہ ہے ایک ونجا پار جب جی صاحب دے امت رڑ کے پائی لکھو جی کر دینے پھر کوئی جل پانی شاک دے سنگ دی جڑا ونجا پار جب جی صاحب دے کرے او دی رسنا تے کیوں نہ گرنانک بسے فراب جی بسے ساتھ کی دستا ایک دن گروہ جب دے صاحب دی نے بلایا کہنے لکھو نحال 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 کار حکم مستق ہاتھ تار بچوں مار کٹیاں کوئی دلوں توبہ کرے اپنی بنا دی دلوں بونی آج مابی ہون مابی مان کے شام پھر ہوئی گنا چالتے مابی مان کے سویرے پھر ہوئی گنا بونی منو کوئی توبہ کرے بھی مہاراج پچھلے آؤ گنا رب آگے مارگ تے بندہ دلوں بانی نال جڑ جے نا کتے ابھیاس کرے بانی دا تے ستگر پرہ کرپا کر دے نی کر حکم مستک وچوں مار کڈیاں ساریاں بریاں مار کڈ کے سونا جیویں سنیارا سونے نوں ایں شدھ کر دیندا گرو مہاراج سکھ دا جیون چڑھدی کلا والا کر دیندے نے ہن سما گیا نہیں دیندا اتہاس اگے وی لمبا چلدا ایک شبد پڑھ کے تے انہاں پاس معافی کر دی دھنواد پربندک ویر ویر گلشن سی انہاں دے نال سارے نوجوان پربندک ویر جنہاں دا داس نام نہیں بھی جان رہے جنہاں دے اوپر بڑی کرپا ہے آپسی رل مل کے بڑی سونی اس استھان دی سیوا کر بھی رہے تے کروا بھی رہے داس دوسری وار اس دربار دی حاضری بھر رہے پچھلی وار جدوں آئے سی اودوں وی بڑا آپ جی نے مان ستکار ਭਾਈ ਭਾਈ ਸ਼ਰਨ ਸਿੰਘ ਜੀ ਦਾ ਫੋਨ ਆਉਂਦਾ ਹੀ ਰਹਿੰਦਾ ਕਿ ਵੀਰ ਜੀ ਕਿੱਥੇ ਪਹੁੰਚ ਗਏ ਹੋ ਕਿਵੇਂ ਚੱਲਦੀ ਤੁਹਾਡੀ ਪ੍ਰਚਾਰ ਦੀ ਸੇਵਾ ਫਰੀਦਾਬਾਦ ਕਦੋਂ ਆ ਰਹੇ ਹੋ ਜਦੋਂ ਵੀ ਆਓਗੇ ਤੁਹਾਡਾ ਆਪਣਾ ਅਸਥਾਨ ਹੈ ਤੁਸੀਂ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਨੇ ਹੁਣ ਵੀ ਅਸੀਂ ਆਏ ਸੀ ਪੰਜ ਚਾਰ ਦਿਨਾਂ ਵਾਸਤੇ ਵੱਖ ਵੱਖ ਦਰਬਾਰਾਂ ਵਿੱਚ ਹਾਜ਼ਰੀ ਹੋ ਰਹੀ ਹੈ ਅਤੇ ਬੁੱਧਵਾਰ ਨੂੰ ਅਸੀਂ ਵਾਪਸ ਚਲੇ ਜਾਣਾ ਪੰਜਾਬ 3 ਮਹੀਨੇ ਤੋਂ ਅਸੀਂ ਪੰਜਾਬ ਤੋਂ ਨਿਕਲੇ ਹਾਂ ਜੋ ਕਿ ਝਾਰਖੰਡ ਵੈਸਟ ਬੰਗਾਲ ਉੜੀਸਾ ਛੱਤੀਸਗੜ੍ਹ MP ਕਰਦੇ ਕਰਦੇ ਆ ਗਏ ਆਪ ਜੀ ਦੇ ਚਰਨਾਂ ਦੇ ਤੋਂ ਪੰਜਾਬ ਇਸੇ ਤਰ੍ਹਾਂ ਹੀ ਸੇਵਾ ਚੱਲਦੀ ਹੈ ਪ੍ਰਚਾਰ ਦੀ ਆਪ ਸੰਗਤਾਂ ਦੇ ਸਹਿਯੋਗ ਆਪ ਜੀ ਦੀ ਅਸੀਸਾਂ ਅਤੇ ਅੱਜ ਸ਼ਾਮ ਦਾ ਦੀਵਾਨ ਤੁਸੀਂ ਨੋਟ ਕਰ ਲਓ ਜੇ ਸਮਾਂ ਲੱਗੇ ਤਾਂ ਦਰਸ਼ਨ ਦਿਓ 3 ਨੰਬਰ ਸੀ ਬਲਾਕ ਗੁਰਦੁਆਰਾ ਹੈ ਉੱਥੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਕਰਨਾ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਵਰਤਦੀ ਹੈ ਜਿਨ੍ਹਾਂ ਨੇ ਸੁਣਨਾ ਹੋਵੇ ਤੁਸੀਂ ਜ਼ਰੂਰ ਪਹੁੰਚ ਜਾਣਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਰਹਿ ਰਾਤ ਤੋਂ ਬਾਅਦ ਅਤੇ ਕੱਲ੍ਹ ਸੋਮਵਾਰ ਹੈ ਕੱਲ੍ਹ ਸ਼ਾਮ ਦਾ ਦੀਵਾਨ ਜਿਹੜਾ ਵਾ ਉਹ ਉਤਲੀ ਤੋਜੀ ਗੁਰਦੁਆਰਾ ਸਾਹਿਬ ਉੱਥੇ ਹੈ ਜੋ ਸੰਗਤਾਂ ਪਹੁੰਚ ਸਕਣ ਕੱਲ੍ਹ ਸ਼ਾਮ ਨੂੰ ਤੁਸੀਂ ਦਰਸ਼ਨ ਦੇਣਾ ਹੈ ਅਤੇ ਬੁੱਧਵਾਰ ਦਾ ਇੱਕ ਦੀਵਾਨ 5 ਨੰਬਰ ਸਿੰਘ ਸਭਾ ਗੁਰਦੁਆਰਾ ਜੋ ਹੈ ਉੱਥੇ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਠ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਮਹਾਰਾਜ ਦੀ ਵਿਚਾਰ ਹੋਵੇਗੀ ਜੋ ਸੰਗਤਾਂ ਪਹੁੰਚ ਸਕੋ ਤੁਸੀਂ ਪਹੁੰਚਣਾ ਹੈ ਵੀਰਵਾਰ ਨੂੰ ਫਿਰ ਅੱਗੇ ਚੱਲੇ ਪੈ ਜਾਣੇ ਪੰਜਾਬ ਨੂੰ ਸਾਧੂ ਚੱਲਦੇ ਭਲੇ ਅਤੇ ਨਗਰੀ ਫਰੀਦਾਬਾਦ ਵਾਲਿਓ ਤੁਸੀਂ ਹੱਸਦੇ ਰਹੋ 11 ਸੈਕਟਰ ਵਾਲਿਓ ਤੁਸੀਂ ਵੱਸਦੇ ਰਹੋ ਇਹ ਦੀਵਾਨ ਸੱਜਦੇ ਰਹਿਣ ਸੰਗਤਾਂ ਜੁੜਦੀਆਂ ਰਹਿਣ ਬਾਕੀ 2 ਦਿਨ ਸਾਡੇ ਕੋਲ ਖਾਲੀ ਨੇ ਭੈਣਾਂ ਨੂੰ ਕਰ ਲਓ ਬੀਬੀਆਂ ਔਰ ਵੀਰ ਸੋਮਵਾਰ ਅਤੇ ਮੰਗਲਵਾਰ ਸੁਬਹਾ ਦੁਪਹਿਰ ਅਤੇ ਸ਼ਾਮ ਖਾਲੀ ਹੈ ਜੇ ਕਿਸੇ ਪਰਿਵਾਰ ਦੀ ਇੱਛਾ ਹੋਵੇ ਆਪਣੇ ਘਰ ਵਿੱਚ ਕੀਰਤਨ ਦੀ ਅਤੇ ਅਸੀਂ ਆਪਣੀ ਗੱਡੀ ਅਤੇ ਸਾਊਂਡ ਸਾਜ ਲੈ ਕੇ ਚੱਲਦੇ ਅਤੇ ਉਹ ਜ਼ਰੂਰ ਤੁਸੀਂ ਵੀਰ ਗੁਰਸ਼ਰਨ ਸਿੰਘ ਉਹਨਾਂ ਨੂੰ ਦੱਸ ਸਕਦੇ ਹੋ ਜਾਂ ਸਮਾਪਤੀ ਵਾ ਸਾਨੂੰ ਮਿਲ ਸਕਦੇ ਜੇ ਕਿਸੇ ਪਰਿਵਾਰ ਦੀ ਇੱਛਾ ਹੋਵੇ 5 ਪਿਆਰਿਆਂ ਦਾ ਘਰ ਵਿੱਚ ਲੰਗਰ ਪ੍ਰਸ਼ਾਦ ਕਿਸੇ ਨੇ ਕਰਨਾ ਹੋਵੇ ਤਾਂ ਉਹ ਵੀ ਤੁਸੀਂ ਲਾਹਾ ਲੈ ਸਕਦੇ ਹੋ ਵਾਰ ਵਾਰ ਸਮੇਂ ਤੋਂ ਮਿਲਦੇ ਨਹੀਂ ਸਾਲ ਬਾਅਦ ਹੀ ਅਸੀਂ ਤੁਹਾਡੇ ਫਰੀਦਾਬਾਦ ਆਉਂਦੇ ਹਾਂ ਇਸੇ ਤਰ੍ਹਾਂ ਹੀ ਸੰਗਤਾਂ ਸੇਵਾ ਕਰਦੀਆਂ ਨੇ ਅਸੀਂ ਸੁਬਹਾ ਸਾਹਿਬ ਸ਼ੁਰੂ ਘਰਾਂ 'ਚ ਕਰਦੇ ਹਾਂ ਅਤੇ ਦਿਨੀ ਅਸੀਂ ਘਰਾਂ ਵਿੱਚ ਹਾਜ਼ਰੀ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਇਹ ਨਾ ਗੁਰਸ਼ਰਨ ਸਿੰਘ ਵੀਰ ਜੀ ਜਦੋਂ ਅਸੀਂ ਨਿਸ਼ਕਾਮ ਲੈ ਕੇ ਤੁਰਦੇ ਹਾਂ ਨਾ ਤਾਂ ਫਿਰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਨਿਸ਼ਕਾਮ ਦਾ ਨਾ ਇੱਕ ਲਾਭ ਵੀ ਹੈ ਅਤੇ ਇੱਕ ਨੁਕਸਾਨ ਵੀ ਹੈ ਲਾਭ ਪਤਾ ਕੀ ਹੈ ਸੰਗਤਾਂ ਦਾ ਪਿਆਰ ਬਹੁਤ ਮਿਲਦਾ ਇੱਜ਼ਤ ਮਾਣ ਸੰਗਤਾਂ ਪਲਕਾਂ 'ਤੇ ਬਿਠਾ ਲੈਂਦੀਆਂ ਨੇ ਵੀ ਇਹ ਤਾਂ ਨਿਸ਼ਕਾਮ ਕਰਦੇ ਗੁਰੂ ਦੀ ਕਿਰਪਾ ਵੀ ਬੜੀ ਵਰਤਦੀ ਹੈ ਇਹ ਮੈਂ ਦੇਖੀ ਪਰਸਨਲੀ ਤੌਰ 'ਤੇ ਬਹੁਤ ਕਿਰਪਾ ਜਦੋਂ ਨਿਸ਼ਕਾਮ ਕਰਦੇ ਇੱਕ ਘਾਟਾ ਵੀ ਹੈ ਘਾਟਾ ਪਤਾ ਕੀ ਹੈ ਜਦੋਂ ਆਪਾਂ ਨਿਸ਼ਕਾਮ ਕਹਿ ਦਿੰਦੇ ਹਾਂ ਨਾ
ਇਹਨਾਂ ਪ੍ਰਬੰਧਕ ਕਮੇਟੀਆਂ ਨਖਰੇ ਬਹੁਤ ਕਰਦੀਆਂ ਨੇ ਗੱਜ ਕੇ ਆਖ ਸਤਨਾਮ ਵਾਹਿਗੁਰੂ ਇਹ ਸੱਚੀ ਬਾਤ ਹੈ ਫਰੀਦਾਬਾਦ ਦੀ ਗੱਲ ਨਖਰੇ ਬਹੁਤ ਪਹਿਲੀ ਗੱਲ ਤੇ ਜਵਾਨ ਦੇਣੀ ਨਹੀਂ ਦੂਜੀ ਗੱਲ ਜੇ ਦੇਤਾ ਫਿਰ ਇਹ ਸੋਚਦੇ ਨੇ ਕਿ ਇਹਨਾਂ ਕੋਲ ਤੇ ਲੋੜ ਹੀ ਨਹੀਂ ਹੈ ਪੈਸੇ ਉਹੀ 1100 2100 1100 2100 ਨੂੰ ਕੋਈ ਕੋਈ ਦਿੰਦਾ 1100 ਪੰਜ ਬੰਦੇ ਕਿੰਨਾ ਆਇਆ 200 200 ਇੱਕ ਭਈਆ ਵੀ ਲੈ ਕੇ ਆਉਣਾ ਆਪਣੇ ਘਰ ਦਿਹਾੜੀ ਮਜ਼ਦੂਰ ਉਹ ਵੀ 500 700 ਰੁਪਇਆ ਦਿਹਾੜੀ ਹੈ ਇਹ ਦੁੱਖ ਵਾਲੀ ਗੱਲ ਹੈ ਤੇ ਜਿਹਨਾਂ ਨੂੰ ਟੈਗ ਲੱਗਾ ਹੁੰਦਾ ਟੈਗ ਬ੍ਰੈਂਡ ਹਾਂ ਉੱਥੇ 11000 21000 11 ਰੁਪਇਆ ਥੋੜ੍ਹਾ ਕਹਿਤਾ ਹੈ 21 ਉਹ ਤਾਂ ਸ਼ੁਰੂ ਹੁੰਦਾ ਕਰ ਟਿਕਟਾਂ ਵੱਖਰੀਆਂ ਅੱਛਾ ਅੱਛਾ ਨਾ ਕੋਈ ਨਿਤਨੇਮ ਦੀ ਗੱਲ ਨਾ ਅੰਮ੍ਰਿਤ ਦੀ ਗੱਲ ਨਾ ਕੇਸਾਂ ਦੀ ਗੱਲ ਬਸ ਜਿਵੇਂ ਯੂਟਿਊਬ ਚੱਲ ਰਿਹਾ ਉਹ ਵੇ ਚੱਲ ਰਿਹਾ ਇੱਕ ਘੰਟੇ 'ਚ 4 ਸ਼ਬਦ ਬਸ ਸੰਗਤਾਂ ਵੀ ਖੁਸ਼ ਅਤੇ ਪ੍ਰਬੰਧਕ ਵੀ ਖੁਸ਼ ਗੱਜ ਗਿਆ ਸਤਨਾਮ ਪਰ ਕੋਈ ਨਹੀਂ ਇਹ ਬਾਬੇ ਨਾਨਕ ਦੀ ਰੀਤ ਹੈ ਬਾਬੇ ਨਾਨਕ ਨੇ 26000 ਕਿਲੋਮੀਟਰ ਸਫ਼ਰ ਤੈਅ ਕੀਤਾ ਪੈਦਲ ਚੱਲ ਕੇ ਘਰ ਘਰ ਗਏ ਮੇਰੇ ਬਾਬਾ ਜੀ ਘਰ ਘਰ ਅੰਦਰ ਪਰ ਜਿਹੜੇ ਪ੍ਰਬੰਧਕ ਵੀਰ ਸਿਆਣੇ ਆ ਨਾ ਵੀਰ ਗੁਰਸ਼ਰਨ ਸਿੰਘ ਹੋਣਾ ਵਰਗੇ ਅੱਜ ਵੀ ਸੰਗਤਾਂ ਉਹ ਫਿਰ ਜਾਣਦੀਆਂ ਨੇ ਕਿ ਇਹ ਬਾਬੇ ਨਿਸ਼ਕਾਮ ਨੇ ਇਹਨਾਂ ਦੀ ਗੱਡੀ ਦਾ ਨਹੀਂ ਨਿਸ਼ਕਾਮ ਇਹਨਾਂ ਦੇ ਬੱਚੇ ਦੇ ਵੀ ਨਿਸ਼ਕਾਮ ਇਹਨਾਂ ਦੇ ਪਰਿਵਾਰ ਦਾ ਨਹੀਂ ਨਿਸ਼ਕਾਮ ਉੱਥੇ ਦੇ ਖਰਚੇ ਹੁੰਦੇ ਹੀ ਨੇ ਗੱਜ ਗਿਆ ਸਤਨਾਮ ਇਹ ਮੈਂ ਆਪਣਾ ਦੁੱਖ ਦੱਸਿਆ ਮੈਂ ਕੋਈ ਇਹ ਨਹੀਂ ਬਾਬਾ ਮਿਹਰ ਕਰੇ ਇਸ ਸਥਾਨ 'ਚ ਵੀ ਵੈਸੇ ਬੜੀ ਕਿਰਪਾ ਆਹ ਦੇਖੋ ਜਿੱਡੀ ਕੁ ਟੋਕਰੀ ਰੱਖੀ ਹੈ ਨਾ ਤੁਸੀਂ ਸਾਰੀ ਭਰ ਗਈ ਹੁਣ ਜੇ ਕੋਈ ਉੱਠੇਗਾ ਵੀ ਨਾ ਉਹਦੇ 'ਚ ਜਗ੍ਹਾ ਹੀ ਨਹੀਂ ਹੈਗੀ ਰੱਖਣ ਵਾਸਤੇ ਰੱਜ ਗਿਆ ਸਤਨਾਮ ਇਹ ਸਿਆਣੀ ਸੰਗਤ ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਨੇ ਪਤਾ ਹੈ ਇਹ ਹੁੰਦਾ ਜਿਹਦੇ ਵੀਰ ਗੁਰਸ਼ਰਨ ਸਿੰਘ ਜੀ ਹਾਸੇ ਵਾਲੀ ਗੱਲ ਦੱਸਾਂ ਸਾਡੇ ਨਾਲ ਪਤਾ ਕੀ ਹੁੰਦਾ ਜਿਹੜਾ ਨੌਰ ਕਿਤੇ ਨਹੀਂ ਨਾ ਚੱਲਦਾ ਜਿਹੜਾ ਨੌਰ ਕਿਤੇ ਨਹੀਂ ਨਾ ਚੱਲਦਾ ਉਹ ਬਾਬਾ ਜੀ ਦੀ ਗੋਲਕ ਵਿੱਚ ਚੱਲ ਜਾਂਦਾ ਹੈ ਗੱਜ ਗਿਆ ਸਤਨਾਮ ਵਾਹਿਗੁਰੂ ਇੱਕ ਹੋਰ ਹਾਸੇ ਵਾਲੀ ਗੱਲ ਸੁਣੋ 10 ਸਾਲ ਪਹਿਲਾਂ ਵੀ ਸਾਡੇ 10 ਰੁਪਏ ਸਨ 10 ਸਾਲ ਪਹਿਲਾਂ ਡੀਜ਼ਲ ਜਿਹੜਾ ਸੀ ਉਹ 35-37 ਰੁਪਏ ਸੀ ਸੱਚ ਕਰਿਓ ਚੱਲ ਕੇ ਹੋਏਗਾ ਡੀਜ਼ਲ 100 ਡੱਬ ਗਏ ਪੈਟਰੋਲ ਵੀ ਡੱਬ ਗਿਆ ਸਾਡੇ ਉਹੀ 10 ਰੁਪਏ ਆਉਣ ਵਾਲੇ 10 ਸਾਲਾਂ ਨੂੰ ਡੀਜ਼ਲ 500 ਨੂੰ ਡੱਬ ਜਾਣਾ ਹੈ ਤੇ ਸਾਡੇ ਉਹੀ 10 ਰੁਪਏ ਰਹਿਣੇ ਅੱਜ ਕੱਲ੍ਹ ਬੱਚੇ ਵੀ ਨਹੀਂ ਲੈਂਦੇ 10 ਰੁਪਏ ਗੱਜ ਗਿਆ ਸਤਨਾਮ ਉਹ ਵੀ ਕਹਿੰਦੇ ਮੰਮਾ 10 ਸਾਲ ਦਾ ਹੁੰਦਾ ਹੀ ਕੱਖ ਨਹੀਂ ਅਸੀਂ ਕੀ ਕਰਨਾ ਸੋ ਇਹ ਬੇਨਤੀ ਹੈ ਇਹ ਪਿਆਰੇ ਦੁੱਖ ਹੈ ਤੇ ਸਤਿਗੁਰ ਕਿਰਪਾ ਕਰੋ ਜਦੋਂ ਮਰਜ਼ੀ ਯਾਦ ਕਰੋ ਆਪ ਜੀ ਦਾ ਆਪਣਾ ਜਥਾ ਜਦੋਂ ਵੀ ਸਥਾਨ ਬਣ ਜਾਵੇ ਮਹਾਰਾਜ ਕਿਰਪਾ ਕਰੇ ਫਿਰ ਖੁੱਲ੍ਹੇ ਦੀਵਾਨ 2-3 ਦਿਨ ਦੇ ਲੜੀ ਵਾਰ ਦੀਵਾਨ ਮੇਰੇ ਮਨ ਦੀ ਇੱਛਾ ਹੈ ਕਿ ਇਸ ਸਥਾਨ 'ਤੇ ਸੋਹਣੇ ਸਮਾਗਮ ਵੱਡੇ ਪੱਧਰ 'ਤੇ ਕਿਤੇ ਗੁਰੂ ਕਿਰਪਾ ਕਰੇ ਨਾਲ ਅਮਰ ਸੰਚਾਰ ਦਾ ਪ੍ਰੋਗਰਾਮ ਵੀ ਹੋਵੇ ਅਤੇ ਨਾਲੇ ਸੰਗਤਾਂ ਜੁੜ ਜਾਵੇ ਰਾਮ ਕਲੀ ਮਹਲਾ ਅਨੰਦ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ
ਸਭ